ਮੈਂ ਪਿੱਛੇ ਜੇ ਭੈਣਾਂ ਤੇ ਤਵਾ ਲਾਤਾ ਵੀ ਆਪਦੇ ਸਹੁਰਿਆਂ ਦਾ ਬਲਾ ਕਰਦੀਆਂ ਹੁੰਦੀਆਂ ਨੇ ਸਾਡੀਆਂ ਸ਼ਰੀਕੇ ਵਾਲੀਆਂ ਬੁੜੀਆਂ ਨਹੀਂ ਆਏ ਨਹੀਂ ਕਹੀਦਾ ਹੁੰਦਾ ਆਪਾਂ ਕੁੜੀ ਵਾਲੇ ਆ ਨੀਵੇਂ ਆ ਨੀਵੇਂ ਹੁੰਦੇ ਨੇ ਕੁੜੀ ਵਾਲੇ ਨੀਵੇਂ ਹੁੰਦੇ ਨੇ 15 ਬੁੜੀਆਂ ਨੇ ਸੇਮ ਡਾਇਲੋਗ ਬੋਲਤਾ ਕੁੜੀ ਵਾਲੇ ਨੀਵੇਂ ਹੁੰਦੇ ਨੇ ਅੱਜ ਮੈਂ ਸਾਰੀਆਂ ਬਿਠਾ ਲੀਆਂ ਮੈਂ ਕਿਹਾ ਹਾਂ ਵੀ ਤੁਸੀਂ ਦੱਸੋ ਨੀਵੇਂ ਨੂੰ ਅਸੀਂ ਬੇਸਮੈਂਟ ਤੇ ਰਹਿੰਨੇ ਹਾਂ ਹਾਂ ਦੱਸੋ ਮੈਂ ਕਿ ਨੀਵੇਂ ਨੂੰ ਸਾਡਾ ਬੋਰ ਦਾ ਕੰਮ ਆ ਬੋਰ ਕਰਦੇ ਆ ਅਸੀਂ ਉਈ ਇਹ ਜਿਹੜਾ ਮੁੰਡੇ ਵਾਲਾ ਪਰਿਵਾਰ ਹੁੰਦਾ ਨਾ ਆਪਣੇ ਪਰੌਣੇ ਜਿੱਥੇ ਭੈਣਾਂ ਵਿਆਹ ਕੇ ਤੋਰੀਂਦੇ ਆ ਉਹ ਬਹੁਤ ਡੀਸੈਂਟ ਹੁੰਦੇ ਨੇ ਉਹਨਾਂ ਨੂੰ ਹੁੰਦਾ ਵੀ ਕੁੜੀ ਵਾਲਿਆਂ ਨੂੰ ਐ ਫਰਕ ਨਾ ਲੱਗੇ ਉਹ ਵੀ ਧੀਆ ਪਹਿਣ ਵਾਲੇ ਹੁੰਦੇ ਨੇ ਇਹ ਆਪਣੀਆਂ ਬੁੜੀਆਂ ਦੀ ਟੂਹੀ ਚ ਕੁੱਬ ਹੁੰਦਾ ਇਹਨਾਂ ਨੂੰ ਹੁੰਦਾ ਵੀ ਜਦੋਂ ਮੁੰਡੇ ਵਾਲੇ ਚਾਹੇ ਬਰਨਾਲੇ ਹੋਣ ਤੇ ਸਾਡੇ ਜਵਾਕ ਨਾ ਸੰਘੇੜੀਆਂ ਤੋਂ ਪੈਰੀ ਹੱਥ ਲਾਉਣ ਲੱਗਣ ਐ ਲੜਦੇ ਫਿਰ ਓਏ ਨਾ ਪੈਲਸ ਕੁੜੀ ਵਾਲੇ ਕਰਦੇ ਆ ਰੋਟੀ ਕੁੜੀ ਵਾਲੇ ਦਾਜ ਕੁੜੀ ਵਾਲੇ ਹੁਣ ਜੇ ਹਲੇ ਵੀ ਨਹੀਂ ਮੈਂ ਫਿਰ ਤਾਂ ਬਲੀ ਰਹਿ ਗਈ ਇੱਕ ਬਲੀ ਪ੍ਰਥਾ ਤੋੜ ਦੋ ਦੇਖੋ ਮੁੰਡੇ ਵਾਲੇ ਪਰੌਣੇ ਦੇ ਪਰਿਵਾਰ ਦੀ ਇੱਜ਼ਤ ਦੇ ਨਾਂ ਨਾਲ ਆਪਾਂ ਨੂੰ ਦਾਤ ਦੇਣੀ ਤਾਂ ਬਣਦੀ ਆ ਵੀ ਉਹ ਆਪਣੇ ਘਰ ਦਾ ਉਲਕਾ ਪਿੰਡ ਪਰਮਾਨੈਂਟਲੀ ਲੈ ਕੇ ਛੱਲੇ ਕਿਉਂਕਿ ਪਹਿਣਾ ਹੈ ਤਾਂ ਉਲਕਾ ਪਿੰਡ ਹੀ ਨੇ ਜੀ ਭਰਾ ਹੋਵੇ ਮੂਰੇ ਭੈਣ ਹੋ ਜਿਹਦੇ ਨਾਲ ਵੀ ਟਕਰਾਂਦਾ ਮੂਰਲਾ ਨਾਸ਼ਤੀ ਆ ਬੰਦਾ ਪੌਮੇ ਆਪਣੀ ਦਾ ਪਰੌਣੇ ਨਾਲ ਸੈਟਿੰਗ ਆ ਬਈ ਕਿਹਾ ਵੇ ਦੇਖੋ ਜੀ ਮਾਰਕੀਟ ਤੇ ਸਾਨੂੰ ਬੋਲਣਾ ਪੂ ਬਤੌਰ ਸੁਬਾਪਰਾਂ ਪਰ ਅੰਡਰਗਰਾਊਂਡ ਸੈਟਿੰਗ ਆ ਤੇ ਬਾਕੀ ਆ ਜੀਜੇ ਗਰੁੱਪ ਜਿੰਨੀ ਜੀਜਾ ਜਥੇਮੰਦੀ ਤੂਰੀ ਫਿਰਦੀ ਆ ਤੁਸੀਂ ਕੰਨ ਖੋਲ ਕੇ ਸੁਣ ਲਓ ਜੇ ਕਿਸੇ ਨੇ ਕੋਈ ਧੀ ਭੈਣ ਨੂੰ ਤੰਗ ਕੀਤਾ ਕੁੜੀ ਨੂੰ ਥੋੜਾ ਟਾਈਮ ਚੱਕਦੇ ਆਂਗੇ ਪੰਜਾਬੀ ਬੇਲੜ ਭਾਈ ਜਰਾ ਐਸਾ ਅੰਦੋਲਨ ਬਿੱਡੂਆ ਜੀਜਿਆਂ ਵਿਰੁੱਧ 15 ਦਿਨਾਂ ਦੇ ਵਿੱਚ ਵਿੱਚ ਜੀਜੇ ਨੇ ਮੂਰੋ ਜੀ ਲਾ ਕੇ ਕੱਲਾ ਜਾ ਰਹਿ ਜੂ ਜਿੱਥੇ ਜਾਇਆ ਕਰੋਗਾ ਜਾ 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 ਹੀ ਹੋਇਆ ਗਰੂ ਇਕੱਠੇ ਹੋਵੋ